ਇਨੀ ਦਿਨੀ ਵਿਦੇਸ਼ ਜਾਣ ਦੀ ਖੁਮਾਰੀ ਲੋਕਾਂ ਦੇ ਸਿਰ ਚੜ ਇੰਜ ਬੋਲ ਰਹੀ ਹੈ ਕਿ ਲੋਕ ਆਪਣੀ ਜਾਨ ਦਾ ਤੇ ਲਗਾ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਸਿੱਟਾ ਇਹ ਨਿਕਲਦਾ ਹੈ ਕਿ ਵੱਡੀਆਂ ਰਕਮਾਂ ਲੈ ਟਰੈਵਲ ਏਜੰਟ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਪਹੁੰਚਾਉਣ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਇੰਜ ਜਾਣ ਵਾਲੇ ਕੁਝ ਰਾਹ ਵਿੱਚ ਹੀ ਮਰ ਮੁੱਕਦੇ ਨੇ, ਕੁਝ ਸਰਹੱਦਾਂ ਟੱਪਦੇ ਹੋਏ ਸੁਰੱਖਿਆ ਕਰਮੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ, ਕੁਝ ਵਿਦੇਸ਼ੀ ਧਰਤੀ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਤੇ ਵਿਰਲੇ ਟਾਵੇਂ ਜੋ ਬਚਦੇ ਨੇ ਉਹਨਾਂ ਨੂੰ ਵਿਦੇਸ਼ੀ ਧਰਤੀ ਤੇ ਲੁੱਕ ਲੁੱਕ ਕੇ ਜ਼ਿੰਦਗੀ ਜਿਉਣੀ ਪੈਂਦੀ ਹੈ। ਅਜਿਹੀ ਵਿਦੇਸ਼ ਜਾਣ ਦੀ ਹੋੜ ਨੇ ਇੱਕ ਦਿਲ ਨੂੰ ਵਲੂੰਦਰਨ ਵਾਲਾ ਮਾਮਲਾ ਸਾਹਮਣੇ ਲਿਆ ਖੜਾ ਕੀਤਾ ਹੈ। ਬੱਸ ਤੋਂ ਖੁਸ਼ੀ ਖੁਸ਼ੀ ਉਤਰ ਰਹੇ 8-10 ਬੰਦਿਆਂ ਦਾ ਇਹ ਗਰੁੱਪ, ਜਿਸ ਵਿੱਚ ਮਰਦ, ਔਰਤ ਅਤੇ ਬੱਚੇ ਵੀ ਸ਼ਾਮਲ ਨੇ, ਇਸ ਵੀਡੀਓ ਦਾ ਇਸ ਮਾਮਲੇ ਦੇ ਨਾਲ ਕੀ ਸੰਬੰਧ ਹੈ, ਆਓ ਦੱਸਦੇ ਹਾਂ। ਦਰਅਸਲ 12 ਜੂਨ ਨੂੰ ਮਨੁੱਖੀ ਤਸਕਰੀ ਗਰੋਹ ਵੱਲੋਂ ਅਮਰੀਕਾ ਦੇ ਸੂਬੇ ਐਰੀਜ਼ੋਨਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ 10 ਮੈਂਬਰੀ ਗਰੁੱਪ ਦਾਖਲ ਕੀਤਾ ਗਿਆ, ਜਿਸ ਦੇ ਵਿੱਚ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਇੱਕ 6 ਸਾਲਾ ਬੱਚੀ ਗੁਰਪ੍ਰੀਤ ਕੌਰ ਐਰੀਜ਼ੋਨਾ ਦੇ ਮਾਰੂਥਲ ਵਿੱਚ ਲੂ ਅਤੇ ਤ੍ਰੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਈ ਤੇ ਗੈਰ ਕਾਨੂੰਨੀ ਦਾਖਲ ਹੋਏ ਗਰੁੱਪ ਦੇ ਬਾਕੀ ਮੈਂਬਰ ਉਸ ਦੀ ਲਾਸ਼ ਨੂੰ ਉੱਥੇ ਹੀ ਸੁੱਟ ਕੇ ਅੱਗੇ ਚਲੇ ਗਏ। ਬਾਅਦ ਵਿੱਚ ਇਸ ਗਰੁੱਪ ਦੇ ਬਾਕੀ 9 ਮੈਂਬਰਾਂ ਦੀ ਅਮਰੀਕੀ ਸਰਹੱਦੀ ਕੰਟਰੋਲ ਟੀਮ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਹੈਲੀਕਾਪਟਰ ਸਰਵੇ ਰਾਹੀਂ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ। 9 ਮੈਂਬਰੀ ਗਰੁੱਪ ਵਿੱਚ ਬੱਚੀ ਦੀ 28 ਸਾਲਾ ਮਾਂ ਵੀ ਸ਼ਾਮਲ ਸੀ। ਉਸਦੇ ਪਤੀ ਦਾ ਨਾਂ ਅਵਤਾਰ ਸਿੰਘ ਹੈ, ਜੋ ਕਿ 2013 ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਸੀ ਅਤੇ ਹੁਣ ਉਸਦਾ ਸਿਆਸੀ ਸ਼ਰਨ ਦਾ ਕੇਸ ਅਦਾਲਤ ਵਿੱਚ ਪੈਂਡਿੰਗ ਹੈ। ਅਵਤਾਰ ਸਿੰਘ ਦਾ ਪਰਿਵਾਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਹੈ। 10 ਮੈਂਬਰੀ ਗਰੁੱਪ ਵਿੱਚ 3 ਨੌਜਵਾਨ ਔਰਤਾਂ, 2 ਛੋਟੀਆਂ ਬੱਚੀਆਂ, 3 ਛੋਟੀ ਉਮਰ ਦੇ ਨੌਜਵਾਨ ਅਤੇ 2 25 ਤੋਂ 30 ਸਾਲ ਉਮਰ ਦੇ ਮਰਦ ਵੀ ਸ਼ਾਮਲ ਸਨ। ਇਹ ਜਾਣਕਾਰੀ ਅਜੀਤ ਦੇ ਪੱਤਰਕਾਰ ਮੇਜਰ ਸਿੰਘ ਵੱਲੋਂ ਵੱਖ ਵੱਖ ਸੂਤਰਾਂ ਤੋਂ ਕੀਤੀ ਗਈ ਪੜਤਾਲ ਅਤੇ ਖੋਜ ਤੋਂ ਸਾਹਮਣੇ ਆਈ ਹੈ। ਪੜਤਾਲ ਅਨੁਸਾਰ ਇਸ 10 ਮੈਂਬਰੀ ਗਰੁੱਪ, ਜਿਸ ਦੇ ਸਾਰੇ ਮੈਂਬਰਾਂ ਦੇ ਹਰਿਆਣਾ ਨਾਲ ਸੰਬੰਧਿਤ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ, ਉਹਨਾਂ ਕੋਲੋਂ ਮੋਟੀਆਂ ਰਕਮਾਂ ਲੈ ਕੇ ਮਨੁੱਖੀ ਤਸਕਰਾਂ ਵੱਲੋਂ ਮੈਕਸੀਕੋ ਪਹੁੰਚਾਇਆ ਗਿਆ ਅਤੇ ਫਿਰ 12 ਜੂਨ ਦੀ ਸਵੇਰ ਇੱਕ ਮਿੰਨੀ ਬੱਸ ਰਾਹੀਂ ਉਹਨਾਂ ਨੂੰ ਮੈਕਸੀਕੋ ਦੀ ਸਰਹੱਦ ਤੇ ਉਤਾਰ ਕੇ ਤਪਦੇ ਮਾਰੂਥਲ ਵੱਲ ਰਵਾਨਾ ਕਰ ਦਿੱਤਾ ਗਿਆ। ਲੂ ਤੇ ਤ੍ਰੇ ਲੱਗਣ ਨਾਲ 6 ਸਾਲਾ ਬੱਚੀ ਨੂੰ ਪਏ ਗਰਮੀ ਦੇ ਦੌਰੇ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਸਮੇਤ ਬਾਕੀ ਗਰੁੱਪ ਮੈਂਬਰ ਲਾਸ਼ ਨੂੰ ਛੱਡ ਕੇ ਅੱਗੇ ਚਲੇ ਗਏ ਤੇ ਅੱਗੇ US ਬਾਰਡਰ ਸਿਕਿਉਰਿਟੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ 9 ਗਰੁੱਪ ਮੈਂਬਰਾਂ ਨੂੰ ਐਰੀਜ਼ੋਨਾ ਦੇ ਪ੍ਰੋਟੈਕਸ਼ਨ ਸੈਂਟਰ ਵਿਖੇ ਰੱਖਿਆ ਗਿਆ, ਜਿੱਥੋਂ ਵਕੀਲਾਂ ਦੀ ਮਦਦ ਦੇ ਨਾਲ ਬੌਂਡ ਭਰਨ ਤੋਂ ਬਾਅਦ ਐਰੀਜ਼ੋਨਾ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਪ੍ਰੋਟੈਕਸ਼ਨ ਸੈਂਟਰ ਵਿੱਚੋਂ ਬੱਚੀ ਗੁਰਪ੍ਰੀਤ ਕੌਰ ਦੀ ਮਾਂ ਨੂੰ 18 ਜੂਨ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਬੱਸ ਰਾਹੀਂ ਨਿਊਯਾਰਕ ਜਾਣ ਦੀ ਇਜਾਜ਼ਤ ਦਿੱਤੀ ਗਈ। ਬੱਚੀ ਗੁਰਪ੍ਰੀਤ ਕੌਰ ਦੀ ਲਾਸ਼ ਉਸਦੇ ਨਿਊਯਾਰਕ ਰਹਿੰਦੇ ਪਿਤਾ ਦੇ ਦਖਲ ਤੋਂ ਬਾਅਦ ਉੱਥੇ ਭੇਜੀ ਗਈ, ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁਕਤੀ ਗੱਲ ਇਹ ਹੈ ਕਿ ਅਮਰੀਕਾ ਜਾ ਕੇ ਸੁਖੀ ਵਸਣ ਅਤੇ ਸੁਰੱਖਿਅਤ ਜੀਵਨ ਜਿਉਣ ਦੀ ਹੋੜ ਪੰਜਾਬੀਆਂ ਨੂੰ ਬੜੀ ਮਹਿੰਗੀ ਪੈ ਰਹੀ ਹੈ। ਵੱਖ ਵੱਖ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਸ ਵੇਲੇ ਅਮਰੀਕਾ ਦੇ ਨਾਲ ਪੈਂਦੇ ਟਾਪੂ ਨੁਮਾ ਦੇਸ਼ਾਂ ਦੇ ਵਿੱਚ ਲਿਜਾ ਕੇ ਉੱਥੇ ਏਜੰਟਾਂ ਵੱਲੋਂ ਸਰਹੱਦ ਪਾਰ ਕਰਵਾਈ ਜਾਂਦੀ ਹੈ। ਮੈਕਸੀਕੋ ਦੀ ਸਰਹੱਦ ਨੂੰ ਗੈਰ ਕਾਨੂੰਨੀ ਪ੍ਰਵਾਸ ਲਈ ਵਧੇਰੇ ਵਰਤਿਆ ਜਾਂਦਾ ਹੈ। ਅਜਿਹਾ ਗੈਰ ਕਾਨੂੰਨੀ ਪ੍ਰਵਾਸ ਇੱਕ ਤਾਂ ਬੇਹੱਦ ਜੋਖਮ ਭਰਿਆ ਤੇ ਮੁਸ਼ਕਿਲਾਂ ਵਾਲਾ ਹੈ, ਦੂਜਾ ਪੈਸਾ ਵੀ ਬਹੁਤ ਲੱਗਦਾ ਹੈ। ਅਜੀਤ ਸਮੂਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਅਜਿਹੇ ਗੈਰ ਕਾਨੂੰਨੀ ਢੰਗਾਂ ਨੂੰ ਨਾ ਅਪਣਾਵੇ। ਅਜੀਤ ਦੇ ਲਈ ਸਰਦਾਰ ਮੇਜਰ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।